ਸਤਲੁਜ ਦਰਿਆ 'ਚ ਪਾਣੀ ਦੇ ਲਗਾਤਾਰ ਵੱਧ ਰਹੇ ਪੱਧਰ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਦਰਿਆ ਦੀ ਮਾਰ ਹੇਠ 67 ਪਿੰਡ ਖਾਲੀ ਕਰਾਉਣ ਦੇ ਹੁਕਮ ਦਿੱਤੇ ਗਏ ਹਨ। ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ SDM ਨੇ SDM ਬਲਾਚੌਰ ਨੂੰ ਦਰਿਆ ਨੇੜਲੇ 67 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਜਲੰਧਰ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਕਈ ਪਿੰਡ ਖਾਲੀ ਕਰਾਉਣ ਦੇ ਵੀ ਹੁਕਮ ਜਾਰੀ ਕੀਤੇ ਗਏ ਸਨ। ਹਾਲਾਤ ਦੇ ਟਾਕਰੇ ਲਈ ਫੌਜ ਨੂੰ ਵੀ ਸੱਦਿਆ ਗਿਆ ਹੈ। ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ, SSP ਅਲਕਾ ਮੀਨਾ ਨਾਲ ਸਤਲੁਜ ਤੁਸੀਂ ਬੰਦੇ ਜਾਇਜ਼ਾ ਲੈਣ ਲਈ ਨਵਾਂਸ਼ਹਿਰ ਦੇ ਪਿੰਡ ਤਾਜੋਵਾਲ ਮੰਡਾਲਾ ਅਤੇ ਬਲਾਚੌਰ ਦੇ ਪਿੰਡ ਬੇਲਾ ਤਾਜੋਵਾਲ ਪੁੱਜੇ ਸਨ। ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਲਈ ਲੋਕਾਂ ਦੀ ਸੁਰੱਖਿਆ ਸਭ ਤੋਂ ਉੱਪਰ ਹੈ। ਨਵਾਂਸ਼ਹਿਰ ਸਬ ਡਿਵੀਜ਼ਨ ਦੇ ਦਰਿਆ ਦੀ ਮਾਰ ਹੇਠ ਹੁੰਦੇ 41 ਪਿੰਡਾਂ 'ਚ ਪੰਦਰਵਾਲ, ਨੰਗਲ ਜੱਟਾ, ਬੁਰਜ, ਟਹਿਲਦਾਸ, ਫਾਂਬੜਾ, ਬੈਂਗੋਵਾਲ, ਖੜਕੂਵਾਲ, ਜੁਲਾਜ, ਮਾਜਰਾ, ਤਾਜਪੁਰ, ਮਿਰਜ਼ਾਪੁਰ, ਤਲਵੰਡੀ ਸਿੱਧੂ, ਦਰਿਆਪੁਰ, ਉਦੋਵਾਲ, ਰਤਨਾਣਾ, ਠਠਿਆਲਾ ਸਮੇਤ ਵੱਖ ਵੱਖ ਹੋਰ ਕਈ ਪਿੰਡ ਸ਼ਾਮਲ ਹਨ। ਬਲਾਚੌਰ ਸਬ ਡਿਵੀਜ਼ਨ ਦੇ ਅਧੀਨ ਆਉਂਦੇ 26 ਪਿੰਡ ਦਰਿਆ ਸਤਲੁਜ ਦੀ ਮਾਰ ਵਿੱਚ ਆਉਂਦੇ ਹਨ। ਉੱਥੇ ਵੀ SDM ਬਲਾਚੌਰ ਨੂੰ ਪੂਰੀ ਚੌਕਸੀ ਵਰਤਣ ਲਈ ਕਿਹਾ ਗਿਆ ਹੈ। ਜਿਹੜਾ ਪ੍ਰਭਾਵ ਹੈ ਉਹ ਕਾਫੀ ਜ਼ਿਆਦਾ ਹੈ, ਸਪੈਸ਼ਲੀ ਨਵਾਂਸ਼ਹਿਰ ਸਬ ਡਿਵੀਜ਼ਨ ਦੇ ਵਿੱਚ ਜਿੱਥੇ ਅਸੀਂ ਰਾਈਟ ਨਾਓ ਖੜ੍ਹੇ ਹਾਂ। ਇੱਥੇ ਥੋੜ੍ਹੀ ਜਿਹੀ ਜਗ੍ਹਾ ਬ੍ਰੀਚ ਵੀ ਹੈ ਔਰ ਉਸ ਬ੍ਰੀਚ ਨੂੰ ਕਵਰ ਕਰਨ ਦਾ ਅਰੇਂਜਮੈਂਟ ਵੀ ਚੱਲ ਰਿਹਾ, ਪਰ ਸਾਡੇ ਜਿਹੜੇ ਜ਼ਿਆਦਾ ਵਰਨੇਬਲ ਪੁਆਇੰਟਸ ਨੇ ਉਹ ਸਾਡੇ ਤਕਰੀਬਨ 50 ਦੇ ਜ਼ਿਆਦਾ ਪੁਆਇੰਟ ਬਣਦੇ ਆ ਵਰਨੇਬਲ। ਅਸੀਂ ਉਹਨਾਂ ਵਰਨੇਬਲ ਪੁਆਇੰਟਸ ਨੂੰ ਕਵਰ ਅਪ ਕਰਨ ਵਾਸਤੇ ਲੋਕਾਂ ਨੂੰ ਰਿਕੁਐਸਟ ਕੀਤੀ ਹੈ ਕਿ ਵੀ ਉਹ ਆਪਣੇ ਜਿਹੜੇ ਰੈਸਕਿਊ ਸੈਂਟਰਸ ਹੈਗੇ ਉਹਦੇ ਵਿੱਚ ਚਲੇ ਜਾਣ, ਕਿਉਂਕਿ ਪਾਣੀ ਦਾ ਪ੍ਰਭਾਵ ਅਗਰ ਜ਼ਿਆਦਾ ਹੋ ਗਿਆ ਤਾਂ ਫਿਰ ਉਹ ਅੱਗੋਂ ਹੋਰ ਵੀ ਮਾਰ ਕਰ ਸਕਦਾ ਹੈ, ਕਿਉਂਕਿ ਪਾਣੀ ਹੁਣ 2 ਲੱਖ ਤੋਂ ਉੱਪਰ ਕਿਊਸਿਸ ਤੋਂ ਚੱਲ ਰਿਹਾ ਹੈ ਅਤੇ ਸਾਡੀ ਇਹਦੀ ਸਟਰੈਂਥ ਜਿਹੜੀ ਹੈਗੀ ਹੈ ਜਿਹਨੂੰ ਅਸੀਂ ਠੀਕ ਤਰੀਕੇ ਨਾਲ ਮੰਨਦੇ ਹਾਂ ਉਹ 1 ਲੱਖ ਤੋਂ ਥੱਲੇ ਹੀ ਹੈ। ਤੋ ਅਸੀਂ ਆਪ ਹੁਣ ਜਿੱਥੇ ਜਿੱਥੇ ਕੋਈ ਵਰਨੇਬਲ ਪੁਆਇੰਟਸ ਨੇ ਜਿੱਥੇ ਕਿਤੇ ਕੰਮ ਓਪਰੇਸ਼ਨ ਚੱਲ ਰਹੇ ਨੇ ਉਹਨਾਂ ਨੂੰ ਸੁਪਰਵਾਈਜ਼ ਮੈਂ ਅਤੇ SSP ਕਰ ਰਹੇ ਹਾਂ ਖੁਦ, ਔਰ ਇਸ ਪੁਆਇੰਟ ਨੂੰ ਵੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਮੇਨ ਟਾਈਮ ਮੈਂ ਸਿਚੁਏਸ਼ਨ ਨੂੰ ਦੇਖਦੇ ਹੋਏ ਆਰਮੀ ਨੂੰ ਵੀ ਰਿਕੁਐਸਟ ਕੀਤੀ ਹੋਈ ਹੈ ਔਰ ਉਹ ਵੀ ਆਪਣਾ ਆਉਣਗੇ ਐਂਡ NDRS ਵਾਲਿਆਂ ਨੂੰ ਵੀ ਕਹਿ ਰੱਖਿਆ ਹੋਇਆ, ਉਹ ਵੀ ਸਾਨੂੰ ਸਾਰੀ ਹੈਲਪ ਦੇਣ ਨੂੰ ਤਿਆਰ ਨੇ। ਤੋ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਪਾਣੀ ਦਾ ਪ੍ਰਭਾਵ ਥੋੜ੍ਹਾ ਘੱਟ ਜਾਂਦਾ ਤਾਂ ਫਿਰ ਸਾਡਾ ਥੋੜ੍ਹਾ ਜਿਹਾ ਰਿਲੀਫ ਹੋ ਜਾਂਦਾ। ਇਹੀ ਟਾਈਮ ਸੀ ਜਿਹੜਾ ਸੈਂਸਿਟਿਵ ਟਾਈਮ ਸੀਗਾ, ਜਿਹੜਾ ਕਿ ਜਿਹਨੂੰ ਕਹਿੰਦੇ ਹਾਂ ਕਿ ਹਾਈਐਸਟ ਅਲਰਟ ਟਾਈਮ ਇਹੀ ਸੀਗਾ ਜਿਹਦੇ ਵਿੱਚ ਪਾਣੀ ਦਾ ਇੰਪੈਕਟ ਸਭ ਤੋਂ ਜ਼ਿਆਦਾ ਹੈਗਾ। ਤੋ ਅਸੀਂ ਹੁਣ ਮੇਨ ਪੁਆਇੰਟਸ ਕਵਰ ਕਰ ਰਹੇ ਹਾਂ ਔਰ ਲੋਕਾਂ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਉਹ ਜਿੱਥੇ ਵੀ ਕਿਤੇ ਰੈਸਕਿਊ ਅਰੇਂਜਮੈਂਟ ਚੱਲ ਰਿਹਾ ਉਹਨੂੰ ਕਰਨ ਦੇ ਵਿੱਚ ਹੈਲਪ ਕਰਨ ਔਰ ਨਾਲ ਸਾਡੀ ਟੀਮ ਜਿਹੜੀਆਂ ਉਹ ਕੰਮ ਕਰ ਰਹੀਆਂ। ਜਿੱਥੇ ਕਿਤੇ ਸਾਨੂੰ ਲੱਗਦਾ ਹੈ ਕਿ ਵੀ ਇਹ ਟੀਮ ਸਲੋਅ ਕੰਮ ਕਰ ਰਹੀਆਂ ਉੱਥੇ ਅਸੀਂ ਆਪ ਸੁਪਰਵਾਈਜ਼ ਕਰ ਰਹੇ ਹਾਂ ਕਿ ਵੀ ਇਹਦਾ ਇੱਕ ਲੈਵਲ ਹੈ, ਪਾਣੀ ਦਾ ਜਿਹੜਾ ਫਲੋ ਹੈ ਉਹ ਇੱਕ ਪਾਸੇ ਨੂੰ ਚੱਲਦਾ ਅਤੇ ਫਿਰ ਉਹ ਮਾਰ ਕਰਦਾ। ਜਿਵੇਂ ਆਪਾਂ ਇੱਥੇ ਖੜ੍ਹੇ ਹਾਂ ਇੱਥੇ ਪਾਣੀ ਦਾ ਫਲੋ ਹੁਣ ਆਪਣਾ ਬਿਲਕੁਲ ਸਿੱਧਾ ਚੱਲ ਰਿਹਾ, ਕੋਈ ਦਿੱਕਤ ਨਹੀਂ ਹੈ। ਕਈ ਵਾਰੀ ਉਹਦੀ ਡਿਵਰਸ਼ਨ ਹੋ ਜਾਂਦੀ ਹੈ, ਉਹਨਾਂ ਨੇ ਅਸੀਂ ਅੱਗੇ ਜਾ ਕੇ ਵੀ ਦੇਖਿਆ ਹੈਗਾ ਜਿੱਥੇ ਪੱਥਰ ਲਾਏ ਨੇ ਜਿੱਥੇ ਇਹਨਾਂ ਨੇ ਸਟੱਡ ਆਪਾਂ ਦੇਖ ਕੇ ਆਏ ਹਾਂ ਉਹ ਸਟੱਡ ਲੱਗੀ ਹੈ ਉੱਥੇ ਵੀ ਥੋੜ੍ਹਾ ਜਿਹਾ ਢਾਹ ਲੱਗ ਰਹੀ ਹੈ ਹੁਣ। ਇਟ ਮੀਨਸ ਕਿ ਸਟੱਡ ਲਗਾਉਣ ਦਾ ਅਰੇਂਜਮੈਂਟ ਪਹਿਲਾਂ ਕੀਤਾ ਹੋਇਆ ਪਰ ਲੇਕਿਨ ਹੁਣ ਉਹਨੂੰ ਵੀ ਢਾਹ ਲੱਗ ਰਹੀ ਹੈ, ਅਗਰ ਉਹਨੂੰ ਢਾਹ ਲੱਗ ਗਈ ਤਾਂ ਉਹਨੂੰ ਕਵਰ ਅਪ ਕਰਨਾ ਪਏਗਾ। ਸੋ ਆਈ ਮੀਨ ਟੂ ਸੇ ਪਾਣੀ ਦਾ ਪ੍ਰੈਸ਼ਰ ਕਿੱਧਰ ਨੂੰ ਪੈਦਾ ਹੋ ਜਾਂਦਾ ਇਹ ਡਿਪੈਂਡ ਕਰਨ ਨਾਲ, ਕਿਉਂਕਿ ਇਹ 2 ਲੱਖ ਤੋਂ ਉੱਤੇ ਮੀਨਸ ਕਿ 2 ਗੁਣਾ ਤੋਂ ਉੱਤੇ ਹੋ ਚੁੱਕਾ।
ਹੁਣ ਇਹ ਕਿੱਧਰ ਨੂੰ ਜਾਏਗਾ ਨਹੀਂ ਜਾਏਗਾ, ਤਾਂ ਹੀ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਕਿ ਭਾਈ ਤੁਸੀਂ ਇੱਥੇ ਜਿੰਨਾ ਜਿੰਨਾ ਅਰੇਂਜਮੈਂਟ ਕਰਨ ਦੀ ਬਜਾਏ ਆਪਣੇ ਆਪਣੇ ਰੈਸਕਿਊ ਸੈਂਟਰਸ ਦੇ ਵਿੱਚ ਜਾ ਕੇ ਆਪਣਾ ਆਪਣਾ ਜਾ ਕੇ ਸ਼ਿਫਟ ਕਰੋ, ਉਹ ਅਰੇਂਜਮੈਂਟ ਵੀ ਨਾਲ ਨਾਲ ਚੱਲ ਰਿਹਾ। ਸੋ ਇਹ ਗੱਲ ਪੈਰਲਰ ਗੱਲ ਹੈ ਕਿ ਜੀ ਅਲਟੀਮੇਟਲੀ ਕਿੱਥੇ ਇਫੈਕਟ ਕਰੇਗਾ ਜਾ ਕੇ, ਉਹ 'ਤੇ ਡਿਪੈਂਡ ਕਰਦਾ, ਔਰ ਜਿੱਥੇ ਕਰ ਰਿਹਾ ਉੱਥੇ ਅਸੀਂ ਇਮੀਡੀਏਟਲੀ ਫਿਰ ਉਹ ਸਿਸਟਮ ਜਿਹੜਾ ਹੈ ਕਰੋ। ਔਰ ਜਦੋਂ ਹੁਣ ਕੱਲ੍ਹ ਇੰਨੀ ਤੇਜ਼ ਬਾਰਿਸ਼ ਪੈ ਗਈ ਅਤੇ ਸਾਰੀਆਂ ਚੀਜ਼ਾਂ ਇੱਕਦਮ ਸ਼ਿਫਟ ਕਰਨੀਆਂ, ਇੰਨੇ ਪਾਣੀ ਦੇ ਵਿੱਚ ਵੀ ਮੁਸ਼ਕਲ ਹੋ ਜਾਂਦੀਆਂ, ਤਾਂ ਉਹ ਵੀ ਸਾਰਾ ਕੁਝ ਉਹਨਾਂ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ। ਨਵਾਂਸ਼ਹਿਰ ਤੋਂ ਸੁਖਜਿੰਦਰ ਸਿੰਘ ਸੁੱਖਾ ਦੀ ਰਿਪੋਰਟ, ਪੰਜਾਬ ਟੁਡੇ।